ਔਕਲੈਂਡ 'ਚ ਲੋਕਲ ਕੌਂਸਲ ਦੀਆਂ ਚੋਣਾਂ ਦੇ ਦੌਰਾਨ ਵੋਟਰਾਂ ਨੂੰ ਵੋਟ ਪਾਉਣ ਦੇ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਪਰ ਇਸ ਦੇ ਬਾਵਜੂਦ ਹੁਣ ਤੱਕ ਸਿਰਫ 15,000 ਦੇ ਕਰੀਬ ਲੋਕਾਂ ਨੇ ਹੀ ਆਪਣੇ ਬੈਲਟ ਪੇਪਰ ਵੋਟ ਪਾ ਕੇ ਵਾਪਸ ਭੇਜੇ ਨੇ। ਦੱਸ ਦਈਏ ਕਿ ਔਕਲੈਂਡ ਕੌਂਸਲ ਦੀਆਂ ਚੋਣਾਂ 'ਚ ਵੋਟ ਪਾਉਣ ਦੀ ਆਖਰੀ ਮਿਤੀ 8 ਅਕਤੂਬਰ ਹੈ ਅਤੇ 13 ਦਿਨ ਦਾ ਸਮਾਂ ਅਜੇ ਵੀ ਬਾਕੀ ਹੈ। ਉਧਰ ਜੇਕਰ ਇਹਨਾਂ ਅੰਕੜਿਆਂ ਨੂੰ ਸਾਲ 2019 ਦੇ ਨਾਲ ਕੰਪੇਅਰ ਕੀਤਾ ਜਾਵੇ ਤਾਂ ਸਾਲ 2019 'ਚ ਹੋਈਆਂ ਔਕਲੈਂਡ ਕੌਂਸਲ ਦੀਆਂ ਚੋਣਾਂ 'ਚ ਇਸ ਸਮੇਂ ਤੱਕ 21,000 ਦੇ ਕਰੀਬ ਲੋਕਾਂ ਨੇ ਵੋਟ ਪਾ ਕੇ ਆਪਣੇ ਬੈਲਟ ਪੇਪਰ ਵਾਪਸ ਭੇਜ ਦਿੱਤੇ ਸੀ। ਦੱਸ ਦਈਏ ਕਿ ਸਾਲ 2019 ਦੀਆਂ ਚੋਣਾਂ ਦੇ ਵਿੱਚ ਕਾਫ਼ੀ ਘੱਟ ਵੋਟਿੰਗ ਹੋਈ ਸੀ ਅਤੇ ਹੁਣ ਤੱਕ ਦੇ ਰਿਸਪੌਂਸ ਨੂੰ ਜੇਕਰ ਦੇਖਿਆ ਜਾਵੇ ਤਾਂ ਇਸ ਵਾਰ ਹਾਲ 2019 ਤੋਂ ਵੀ ਮਾੜਾ ਹੋਣਾ ਦੱਸਿਆ ਜਾ ਰਿਹਾ ਹੈ। ਉੱਧਰ ਇਲੈਕਟ੍ਰੋਲ ਆਫਿਸਰ ਡੇਲ ਅਫਸੋਸਕੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਔਕਲੈਂਡ ਦੇ ਹਰ ਐਲੀਜੀਬਲ ਵੋਟਰ ਤੱਕ ਬੈਲਟ ਪੇਪਰ ਡਿਲੀਵਰ ਕਰ ਦਿੱਤੇ ਗਏ ਨੇ। ਉਹਨਾਂ ਆਖਿਆ ਕਿ ਉਹ ਉਮੀਦ ਕਰਦੇ ਨੇ ਕਿ ਔਕਲੈਂਡ ਦੇ ਵੋਟਰ ਇਹਨਾਂ ਚੋਣਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣਗੇ। ਉੱਧਰ ਹੀ ਮੇਅਰ ਦੀ ਚੋਣ ਲੜ ਰਹੇ ਵੱਖ ਵੱਖ ਉਮੀਦਵਾਰਾਂ ਦੀਆਂ ਵੀ ਨਜ਼ਰਾਂ ਇਹਨਾਂ ਚੋਣ ਅੰਕੜਿਆਂ ਦੇ ਉੱਤੇ ਬਣੀਆਂ ਹੋਈਆਂ ਨੇ। ਵੋਟਿੰਗ ਦੇ ਦੌਰਾਨ ਇੱਕ ਸਰਵੇ ਵੀ ਸਾਹਮਣੇ ਆਇਆ ਹੈ ਜਿੱਥੇ ਇਸ ਵਾਰ ਮੇਅਰ ਦੀ ਚੋਣ 'ਚ ਕਾਂਟੇ ਦੀ ਟੱਕਰ ਬਿਜ਼ਨਸਮੈਨ ਵੇਨ ਬ੍ਰਾਊਨ ਅਤੇ ਐਫਸੋ ਕੋਲਿਨਸ ਦੇ ਵਿਚਕਾਰ ਦੱਸੀ ਜਾ ਰਹੀ ਹੈ। ਦੋਨਾਂ ਦੇ ਵਿਚਕਾਰ ਇਸ ਵੇਲੇ ਕਾਂਟੇ ਦਾ ਮੁਕਾਬਲਾ ਦੱਸਿਆ ਜਾ ਰਿਹਾ ਹੈ ਅਤੇ ਮੰਨਿਆ ਇਹ ਵੀ ਜਾ ਰਿਹਾ ਹੈ ਕਿ ਦੋਨਾਂ 'ਚੋਂ ਹੀ ਕੋਈ ਇੱਕ ਔਕਲੈਂਡ ਦਾ ਅਗਲਾ ਮੇਅਰ ਹੋ ਸਕਦਾ ਹੈ। ਬਿਊਰੋ ਰਿਪੋਰਟ, ਡੇਲੀ ਖਬਰ।